ਜੇਕਰ ਤੁਹਾਨੂੰ ਅਸੀਂ ਇਹ ਕਹੀਏ ਕਿ ਸਰਹੱਦ ਪਾਰ ਕਰਨ ਤੋਂ ਬਾਅਦ ਇਹ ਬੇਬੇ ਇੱਕਦਮ ਅਜਿਹੀ ਥਾਂ ਪਹੁੰਚ ਗਈ ਜਿੱਥੇ ਜਾ ਕੇ ਉਹ ਜਵਾਕ ਹੀ ਬਣ ਗਈ ਅਤੇ ਉਸ ਤੋਂ ਬਾਅਦ ਇਸ ਬੇਬੇ ਦੀ ਵੀਡੀਓ ਸਾਰੀ ਦੁਨੀਆ 'ਚ ਵਾਇਰਲ ਹੋ ਜਾਂਦੀ ਹੈ। ਹੋਰ ਤਾਂ ਹੋਰ, ਇਸ ਬੇਬੇ ਦੀ ਇੱਕ ਅਜਿਹੀ ਇੱਛਾ 75 ਸਾਲ ਬਾਅਦ ਪੂਰੀ ਹੋਈ ਹੈ ਜਿਸ ਦਾ ਇਸ ਨੂੰ ਬੜੀ ਹੀ ਬੇਸਬਰੀ ਨਾਲ ਇੰਤਜ਼ਾਰ ਸੀ। ਅਸਲ 'ਚ ਆਪਣੀ ਧੀ ਸੋਨਾਲੀ ਨਾਲ ਹੌਲੀ ਹੌਲੀ ਤੁਰੀ ਆਉਂਦੀ ਇਹ ਬੇਬੇ ਸਰਹੱਦ ਪਾਰ ਭਾਵ ਪਾਕਿਸਤਾਨ ਦੇ ਸ਼ਹਿਰ ਰਾਵਲਪਿੰਡੀ ਤੋਂ ਆਈ ਹੈ। ਬੇਸ਼ੱਕ ਅੰਗਰੇਜ਼ਾਂ ਨੇ ਦੋਵਾਂ ਪਾਸੇ ਇੱਕ ਲਕੀਰ ਖਿੱਚ ਦਿੱਤੀ ਸੀ, ਪਰ ਇਸ ਬੇਬੇ ਦੇ ਮਨ ਉੱਤੇ ਲਕੀਰ ਦਾ ਬਹੁਤਾ ਅਸਰ ਨਾ ਹੋਇਆ, ਪਰ ਮਜਬੂਰੀਆਂ ਕਰਕੇ ਬੇਬੇ ਪੁਣੇ ਚਲੀ ਗਈ। ਬਾਕੀ ਦੀ ਕਹਾਣੀ ਤੁਸੀਂ ਸੁਣੋ, ਬੇਬੇ ਦੀ ਜ਼ੁਬਾਨੀ, ਉਹ ਕਿਵੇਂ ਬੱਚਾ ਬਣੀ। ਬਹੁਤ ਹੀ ਅੱਛੀ ਫੀਲਿੰਗ ਹੈ, ਮੇਰੇ ਖਿਆਲ ਸੇ ਐਸਾ ਪਹਿਲੇ ਕਿਸੇ ਨੇ ਨਹੀਂ ਕੀਆ ਕਿ ਮੈਂ ਇੱਕ ਰਾਤ ਵਹਾਂ ਆਪਣੇ ਹੀ ਕਮਰੇ ਮੇਂ ਸੋ ਕੇ ਆ ਗਈ, ਜਹਾਂ ਮੈਂ ਜਹਾਂ ਸੇ ਮੈਂ ਗਈ ਥੀ ਤੋ ਜਬ ਸੋਚੀ ਕਿਸ ਤਰ੍ਹਾਂ ਕੀ ਮੁਹੱਬਤ ਦੇਖੋ ਕੋ ਮਿਲੀ ਆਪਕੋ। ਮੁਹੱਬਤ ਬਹੁਤ ਜ਼ਿਆਦਾ ਮਿਲੀ, ਇਤਨੀ ਜ਼ਿਆਦਾ ਕਿ ਉਸਕੀ ਐਕਸਪੈਕਟੇਸ਼ਨ ਨਹੀਂ। ਕਿਤਨੇ ਕਿਤਨੇ ਦੇਰ ਬਾਅਦ ਆ ਵਹਾਂ ਪੇ ਵਾਪਸ ਗਈ ਥੀ ਆਪਣੇ ਰਾਵਲ ਪਿੰਡ? 75 ਸਾਲ। ਤੋ ਫੋਟੋ ਫੋਟੋਆਂ ਲੈ ਕੇ ਆਈ ਹੈ ਸਾਥ ਮੇਂ? ਫੋਟੋ ਲੈ ਕੇ ਆਈ ਵਾਪਸ? ਫੋਟੋ ਲੀ ਹੈ ਉਹਨਾਂ ਨੇ, ਕਿਸੇ ਮੈਨੇ ਨਹੀਂ ਲੀ ਹੋਈ, ਜੋ ਜਿਨ੍ਹਾਂ ਨੇ ਲੀ ਹੈ। ਸੋਸ਼ਲ ਮੀਡੀਆ ਮੇਂ ਆਪਕੀ ਬੜੀ ਵੀਡੀਓ ਵਾਇਰਲ ਹੋਈ ਜਿਸ ਮੇਂ ਆਪਕਾ ਘਰ ਐਸੇ ਕਾ ਐਸੇ ਹੈ, ਕੋਈ ਯਾਦਗਾਰ ਲੈ ਕੇ ਆਈ ਆਪਣੇ ਘਰ ਕੀ ਨਿਸ਼ਾਨੀ ਕੇ ਤੌਰ ਪੇ? ਕੁਛ ਥਾ ਹੀ ਨਹੀਂ। ਅੱਛਾ। ਮੈਂ ਬੜਾ ਕੋਸ਼ਿਸ਼ ਕੀ ਕਿ ਸ਼ਾਇਦ ਕੋਈ ਕੋਈ ਇੱਕ ਤਸਵੀਰ ਸ਼ਾਇਦ ਹੋਏਗੀ ਜਿਹੜਾ ਅੰਦਰ ਨਾ ਸਾਡੇ ਉਤਾਂ ਲੀਟੀਆਂ ਹੋਈਆਂ ਸੀ, ਉਹਨਾਂ ਦੇ ਥੱਲੇ ਡਿਜ਼ਾਈਨ ਬਣਾਇਆ ਸੀ ਮੇਰੇ ਪਿਤਾ ਜੀ ਨੇ। ਅੱਛਾ। ਬਣਾਇਆ ਸੀ ਉਹਦੇ ਨਾਲ ਇੱਕ ਤਸਵੀਰ ਖਿਚਾਈ, ਮੈਨੂੰ ਹੁਣੇ ਵੀ ਨਹੀਂ ਪਤਾ ਕਿੰਨੇ ਖਿੱਚੀ। ਤੁਸੀਂ ਉਹ ਪੀੜਾ ਹੰਡਾਈ ਹੈ 15 ਸਾਲ ਦੀ ਉਮਰ ਦੇ ਵਿੱਚ, ਉਸ ਤੋਂ ਬਾਅਦ ਮੌਕਾ ਮਿਲਿਆ, ਤੁਹਾਡੇ ਵਾਸਤੇ ਕਿੱਡਾ ਕੁ ਵੱਡਾ ਸੁਪਨਾ ਸੀਗਾ, ਔਰ ਬਾਕੀ ਜਿਹੜੇ ਲੋਕ ਜਾਣ ਚਾਹ ਮਾਣਨੇ ਜਾਣ ਦੇ ਲਈ, ਉਹਨਾਂ ਲਈ ਕੀ ਪੈਗਾਮ ਹੈ? ਦੇਖੋ, ਮੇਰਾ ਤਾਂ ਜੋ ਸੁਪਨਾ ਸੀ ਕਿ ਮੈਂ ਇੱਕ ਵਾਰੀ ਆਪਣਾ ਘਰ ਦੇਖਾਂ, ਕਿਉਂਕਿ ਮੈਂ ਹਮੇਸ਼ਾ ਸਭ ਨੂੰ ਕਦੀ ਵੀ ਇਹ ਨਹੀਂ ਕਿਹਾ ਕਿ ਬਈ ਮੈਂ ਇੱਥੇ ਦੀਆਂ ਇੱਧਰ, ਮੈਂ ਸਭ ਹਮੇਸ਼ਾ ਕਿਹਾ ਕਿ ਮੇਰਾ ਹੋਮ ਟਾਊਨ ਰਾਵਲਪਿੰਡੀ। ਉਹ ਲੋਕਾਂ ਨੇ ਉੱਥੇ ਤੁਹਾਨੂੰ ਪੱਬਾਂ ਭਾਰ ਲੈ ਕੇ ਤੁਹਾਨੂੰ ਅੱਖਾਂ ਦੇ ਪਲਕਾਂ 'ਤੇ ਬਿਠਾਇਆ, ਉਹਨਾਂ ਦਾ ਕਿਸ ਤਰ੍ਹਾਂ ਸ਼ੁਕਰੀਆ? ਮੈਂ ਤਾਂ ਉਹਨਾਂ ਦਾ ਜਿੰਨਾ ਸ਼ੁਕਰੀਆ ਕਰਾਂ ਨਾ ਉਤਨਾ ਹੀ ਘੱਟ ਹੈ, ਕਿਉਂਕਿ ਮੇਰੇ ਕੋਲ ਤਾਂ ਅਲਫਾਜ਼ ਨਹੀਂ ਕਿ ਉਹਨਾਂ ਨੇ ਮੈਨੂੰ ਜੋ ਮੈਮ ਕਿਸ ਤਰ੍ਹਾਂ ਦਾ ਮਾਨੂੰ ਲੱਗਾ ਤੁਸੀਂ ਆਪਣੇ ਪਰਿਵਾਰ ਨੂੰ ਉੱਥੇ ਜਾ ਕੇ ਵੇਖਿਆ, ਆਪਣੇ ਘਰ ਨੂੰ ਵੇਖਿਆ? ਬਸ ਘਰ ਨੂੰ ਦੇਖਿਆ ਅਤੇ ਪਰਿਵਾਰ ਬਹੁਤ ਯਾਦ ਆਉਂਦਾ ਰਿਹਾ, ਪੂਰਾ ਟਾਈਮ ਪਰਿਵਾਰ ਹੀ ਯਾਦ ਆਉਂਦਾ ਰਿਹਾ। ਬੜਾ ਔਖਾ ਹੁੰਦਾ ਇੱਕ ਦੋ ਮੁਲਕਾਂ ਦੇ ਵਿੱਚ ਇਹੋ ਜਿਹੇ ਮੁਲਕ ਜਿਹੜੇ ਇੰਡੀਆ ਪਾਕਿਸਤਾਨ ਵਰਗੇ ਬਜ਼ੁਰਗਾਂ ਲਈ ਜਾਣਾ, ਜਿਹੜੇ ਲੋਕ ਉੱਧਰ ਉੱਜੜ ਕੇ ਆਏ ਨੇ, ਦੋਵੇਂ ਅੰਬੈਸੀਆਂ ਨੂੰ ਕਿਸ ਤਰ੍ਹਾਂ ਦੀ ਅਪੀਲ ਕਰਨਾ ਚਾਹੁੰਦੇ ਹੋ ਕਿ ਹਰ ਕੋਈ ਜਿਹਦੇ ਜੀ ਆਪਣਾ ਜਿਹੜਾ ਪੁਸ਼ਤੈਨੀ ਘਰ ਉਹਨੂੰ ਦੇਖ ਸਕੇ? ਦੇਖੋ, ਇਹ ਤਾਂ ਮੈਂ ਅਪੀਲ ਦੋਨਾਂ ਗੌਰਮੈਂਟ ਨੂੰ ਕਰਾਂਗੀ ਕਿ ਜਿਹੜੇ 90 ਸਾਲ ਤੋਂ ਉੱਤੇ ਬਾਕੀ ਹਨ, ਐਕਚੁਲੀ ਹੋਰਾਂ ਨੂੰ ਨਹੀਂ ਕੱਢਣਾ ਚਾਹੀਦਾ, ਪਰ 90 ਸਾਲ ਦੇ ਵੱਡੇ ਬੜੇ ਥੋੜ੍ਹੇ ਰਹਿ ਗਏ ਨੇ ਬੰਦੇ ਜਿਹੜੇ ਕਿ ਉੱਥੇ ਥੋੜ੍ਹੀ ਲਾਈਫ ਗੁਜ਼ਾਰੀ, ਔਰ ਉਹਨਾਂ 'ਚੋਂ ਵੀ ਸਾਰੇ ਜਾਣ ਲਾਇਕ ਨਹੀਂ ਨੇ, ਅਤੇ ਇਸ ਕਰਕੇ ਐਟਲੀਸਟ ਉਹਨਾਂ ਵਾਸਤੇ ਇੱਕਦਮ ਈਜ਼ੀ ਕਰਨਾ। ਰੱਬ ਸੋਹਣਾ ਜ਼ਿੰਦਗੀ ਲੰਬੀ ਦੇਵੇ, ਦੁਬਾਰਾ ਕਦੀ ਮੌਕਾ ਮਿਲੇ ਤਾਂ ਜਾਣਾ ਚਾਹੋਗੇ? ਬਸ ਇਹੀ ਲੱਗ ਰਿਹਾ ਸੀ ਕਿ ਮੈਂ ਬਚਪਨ ਹੀ ਜੀ ਰਹੀ ਹਾਂ, ਔਰ ਮੈਨੂੰ ਸਾਹਮਣੇ ਘਰਾਂ ਦੇ ਵਿੱਚ ਸਭ ਆਪਣੇ ਭੈਣ ਭਰਾ ਮਾਂ ਬਾਪ ਉਹੀ ਨਜ਼ਰ ਆ ਰਹੇ ਸੀ। ਉੱਥੇ ਕਿਸ ਤਰ੍ਹਾਂ ਦਾ ਪਿਆਰ ਮਿਲਿਆ ਤੁਹਾਨੂੰ? ਬਹੁਤ ਹੀ ਜ਼ਿਆਦਾ ਆਪਣੇ ਜਿਹਾ ਮਿਲਿਆ, ਕੋਈ ਫਰਕ ਹੈ ਨਹੀਂ ਉੱਧਰ ਤੇ ਇੱਧਰ ਨਹੀਂ ਕੋਈ। 90 ਸਾਲ ਦੀ ਉਮਰ 'ਚ ਜਾ ਕੇ ਆਪਣੀ ਮਾਂ ਦੀ ਆਖਰੀ ਇੱਛਾ ਪੂਰੀ ਹੋਣ ਉਪਰੰਤ ਉਸ ਦੀ ਧੀ ਸੋਨਾਲੀ ਵੀ ਕਾਫੀ ਖੁਸ਼ ਹੈ। ਬਹੁਤ ਉਹਨਾਂ ਦੀ ਆਖਰੀ ਇੱਛਾ ਪੂਰੀ ਹੋਈ ਹੈ, ਇਸ ਤੋਂ ਵੱਡਾ ਖੁਸ਼ ਕੀ ਹੋ ਸਕਦਾ ਹੈ? ਕਦੋਂ ਗਏ ਸੀ? ਹਫਤਾ ਹੋਇਆ। ਸੋ ਬੇਟੀ ਬੇਟੀ ਵੀ ਉਹਨਾਂ ਦੇ ਨਾਲ ਹੈ, ਅਸੀਂ ਗੱਲ ਕਰਾਂਗੇ। ਮੈਮ, ਅੱਜ ਤੁਹਾਡੀ ਮਦਰ ਦੀ ਇੱਛਾ ਜਿਹੜੀ ਪੂਰੀ ਹੋਈ ਹੈ, ਕਿਹੋ ਜਿਹਾ ਲੱਗ ਰਿਹਾ, ਕੀ ਕਹਿਣਾ ਚਾਹੋਗੇ? ਇਸ ਤੋਂ ਜ਼ਿਆਦਾ ਫੁਲਫਿਲਮੈਂਟ ਕਿਆ ਹੋ ਸਕਦੀ ਹੈ ਕਿ ਕਿਸੇ ਕੀ ਇੱਛਾ ਪੂਰੀ ਹੋ ਜਾਏ ਲਾਈਫ ਮੇਂ। ਬਹੁਤ ਕਮ ਕੀ ਹੋਤੀ ਹੈ, ਲੇਕਿਨ ਇਨਕੀ ਹੋ ਗਈ ਹੈ, ਤੋ ਇਸਸੇ ਬੈਟਰ ਤਾਂ ਕੋਈ ਚੀਜ਼ ਹੀ ਨਹੀਂ ਹੈ ਲਾਈਫ। ਤੋ ਆਪਕੀ ਆਪਕਾ ਵੀ ਮਨੋਕਾਮਨਾ ਇੱਛਾ ਹੋਗੀ ਕਿ ਆਪ ਵੀ ਆਪਣੇ ਜੋ ਮਦਰ ਕਾ ਪੁਸ਼ਤੈਨੀ ਘਰ ਵਹਾਂ ਪੇ? ਮੈਂ ਉਨਕੀ ਆਂਖੋਂ ਸੇ ਸਾਰਾ ਕੁਝ ਹਮਨੇ ਜੀ ਲਿਆ ਹੈ। ਇਨਕਾ 3 ਮਹੀਨੇ ਕਾ ਵੀਜ਼ਾ ਲਗਾ। ਹਾਂਜੀ, ਤੋ ਇਹ ਜਲਦੀ ਆ ਗਈ 70 ਸਾਲ ਬਾਅਦ? ਨਹੀਂ, ਹਾਂ ਇਹ ਲੇਟ ਗਈ ਹੈ ਕਿਉਂਕਿ ਗਰਮੀ ਬਹੁਤ ਥੀ। ਸੋ ਸਰਕਾਰਾਂ ਨੂੰ ਚਾਹੀਦਾ ਹੈ ਕਿ ਘੱਟੋ ਘੱਟ ਉਹਨਾਂ ਲੋਕਾਂ ਲਈ ਸਰਹੱਦ ਪਾਰ ਆਉਣਾ ਜਾਣਾ ਸੌਖਾ ਕਰਨਾ ਚਾਹੀਦਾ ਹੈ ਜਿਨ੍ਹਾਂ ਦੇ ਜਜ਼ਬਾਤ ਸਰਹੱਦ ਪਾਰ ਜੁੜੇ ਹੋਏ ਨੇ। ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ।
हर समस्या का हल करवाओ फोन ते 26 सालां तो पंजाब दे नंबर वन तांत्रिक बाबा खान बंगालिया वशीकरण मुठ करने दे सुपर स्पेशलिस्ट समस्या चाहे कोई भी होवे जिवें घर च कलेश नौकरी कारोबार च समस्या जादू टोना किता कराया पति पत्नी च कलेश सौखण दुश्मन तो छुटकारा विदेश यात्रा कोर्ट कचहरी लव मैरिज प्रॉब्लम प्यार मोहब्बत चक्कर जां प्रेमी प्रेमिका नूं वश च करवाना होवे 101% पक्का समाधान करवाओ किसी भैन भरा दा किसी भी ज्योतिष तांत्रिक कोलो काम ना होया होवे तां जरूर फोन करो बाबा खान बंगाली मोबाइल नंबर 9878687786।